Thank you.
जप हर नानक करते भनत बनाए, नानक करते भनत बनाए, मनमुख कूड़ फल लगता है
ਫਲ ਦੀ ਸ਼ਕਲ ਬਿਲਕੁਲ ਅੰਬ ਵਰਗੀ ਹੁੰਦੀ ਹੈ, ਪਰ ਸਭ ਨੇ ਖਿਆਲ ਦਿੱਤਾ ਹੈ ਜੇ ਭਲਾ ਅੱਕ ਦੀ ਕੱਖੜੀ ਦੀ ਸ਼ਕਲ ਅੰਬ ਨਾਲ ਮਿਲਦੀ ਹੋਵੇ ਤਾਂ ਲੋਕ ਉਹਨੂੰ ਅੰਬ ਆਖਣ ਲੱਗ ਪੈਣਗੇ। ਉਹ ਹੀ ਆਖਣਗੇ ਜਿਨ੍ਹਾਂ ਨੂੰ ਨਹੀਂ ਪਤਾ, ਉਹ ਹੀ ਆਖਣਗੇ ਜਿਹੜੇ ਨਹੀਂ ਪਛਾਣਦੇ। ਹੁਣ ਆਪਾਂ ਬਚਾਉਣਾ ਇਸ ਲਫ਼ਜ਼ 'ਤੇ ਖਲੋ ਗਏ ਆਪਾਂ ਜਾਂ ਸਭਾ ਵਿਚਾਰ ਕਰਦੇ ਭਾਈ ਸਾਹਿਬ ਨੇ ਇੱਕ ਸਵਾਲ ਖੜਾ ਕੀਤਾ, ਕਹਿੰਦੇ ਨੇ ਅੱਕੇ ਕੇਰੀ ਖੱਖੜੀ ਕੋਈ ਅੰਬ ਨਾ ਆਖੇ, ਕੋਈ ਉਹਨੂੰ ਅੰਬ ਨਹੀਂ ਆਖਦਾ। ਸਿਆਣਾ ਜਿਹੜਾ ਸਮਝਦਾਰ ਹੈ ਅੱਕ ਦੀ ਖੱਖੜੀ ਨੂੰ ਅੰਬ ਨਹੀਂ ਆਖ ਸਕਦਾ, ਭਾਵੇਂ ਸ਼ਕਲ ਮਿਲਦੀ ਹੈ ਪਰ ਉਹ ਸਮਝਦਾ ਜ਼ਾਇਕਾ ਨਹੀਂ ਮਿਲਦਾ, ਸਵਾਦ ਨਹੀਂ ਮਿਲਦਾ। ਜਿੱਥੋਂ ਪੈਦਾ ਹੋਈ ਹੈ ਉਧਰ ਵੀ ਦੇਖਣਾ ਪੈਂਦਾ। ਅੰਬ ਦਾ ਦਰਖਤ ਹੈ, ਅੱਕ ਦਾ ਛੋਟਾ ਜਿਹਾ ਬੂਟਾ ਹੈ, ਆਖਰ ਪੈਦਾਇਸ਼ ਵੀ ਤਾਂ ਦੇਖਣੀ ਹੈ ਕਿੱਥੋਂ ਹੋਈ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਦੇਖ ਕੇ ਤਾਂ ਫੈਸਲਾ ਕਰਨਾ ਹੈ ਇਹ ਅੱਕ ਦੀ ਖੱਖੜੀ ਹੈ ਕਿ ਅੰਬ ਹੈ। ਅੱਕ ਦੀ ਖੱਖੜੀ ਨੂੰ ਕੋਈ ਅੰਬ ਨਹੀਂ ਆਖਦਾ ਭਾਈ ਸਾਹਿਬ ਕਹਿੰਦੇ, ਕੇਰੀ ਖੱਖੜੀ ਕੋਈ ਅੰਬ ਨਾ ਆਖੇ। ਭਾਈ ਸਾਹਿਬ ਨੇ ਹੋਰ ਵੀ ਆਖਿਆ ਕੋਇਲ ਤੇ ਕਾਂ ਦੋਵਾਂ ਦੀ ਸ਼ਕਲ ਰੰਗ ਮਿਲਦਾ ਪਰ ਕਾਂ ਨੂੰ ਕੋਈ ਕੋਇਲ ਨਹੀਂ ਆਖਦਾ, ਉਹ ਹੀ ਆਖਦਾ ਜਿਹਨੂੰ ਪਛਾਣ ਨਾ ਹੋਵੇ, ਜਿਹੜਾ ਬੋਲੀ ਵੀ ਨਾ ਸਮਝਦਾ ਹੋਵੇ। ਤਵੱਜੋ ਦੇ ਕੇ ਕੁਝ ਲਫ਼ਜ਼ ਹਿਰਦੇ ਵਿੱਚ ਪ੍ਰਿਜ਼ਰਵ ਕਰਦੇ ਜਾਇਓ, ਆਪਾਂ ਨੂੰ ਲੋੜ ਪੈਣੀ ਹੈ ਅੱਗੇ ਜਾ ਕੇ। ਕੋਇਲ ਤੇ ਕਾਂ ਦੀ ਸ਼ਕਲ ਮਿਲਦੀ ਹੈ ਪਰ ਉਹ ਇੱਕ ਕੋਈ ਨਹੀਂ ਆਖਦਾ, ਕਿਉਂ ਨਹੀਂ ਆਖਦਾ? ਕਿਉਂਕਿ ਦੋਹਾਂ ਦੀ ਸ਼ਬਦਾਵਲੀ ਆਵਾਜ਼ ਨਹੀਂ ਮਿਲਦੀ। ਜਦੋਂ ਕੋਈ ਕਾਂ ਦੀ ਆਵਾਜ਼ ਤੇ ਕੋਇਲ ਦੀ ਆਵਾਜ਼ ਨੂੰ ਸਮਝਣ ਦਾ ਆਦੀ ਹੋ ਜਾਏਗਾ ਨਾ, ਉਦੋਂ ਝੱਟ ਪਛਾਣ ਲਏਗਾ ਇਹ ਕਾਂ ਹੈ ਇਹ ਕੋਇਲ ਹੈ। ਕਿਉਂ ਹੋਣ ਇੱਕ ਕਿਵੇਂ ਹੋ ਸਕਦੇ ਨੇ? ਦੋ ਦਾ ਫਰਕ ਹੈ, ਹੱਥੋਂ ਕਾ ਹੀ ਹੈ। ਸਮਝ ਬੈਠਾ ਬੱਗ ਨਾ ਬਣੇ, ਨਿਤ ਬੈਠਾ ਮੱਛੀ ਨੂੰ ਤਾਰ ਲਾਵੇ। ਅਗਲੇ ਪਾਸੇ ਇੱਕ ਲਫ਼ਜ਼ ਕਹਿ ਦਿੱਤੇ ਨੇ, ਉਹ ਲਫ਼ਜ਼ ਹੈ ਜਹਾਂਸ ਸਭਾ ਵਿਚਾਰ ਕਰ ਦੇਖੇ ਤਾਂ ਬੱਗਾਂ ਨਾਲ ਜੋੜ ਕਦੇ ਨਾ ਆਵੇ। ਗੁਰਬਾਣੀ ਦੀ ਤੁਕ ਹੈ, ਬੱਗਣ ਨਾਲ ਜੋੜ ਕਦੇ ਨਾ ਆਵੇ, ਕੋਈ ਰਿਸ਼ਤਾ ਨਹੀਂ ਕੋਈ ਸੰਬੰਧ ਨਹੀਂ। ਹੁਣ ਫੈਸਲਾ ਮੇਰਾ ਨਹੀਂ ਪਾਣੀ ਦਾ, ਰਾਤ ਦੇ ਪ੍ਰਕਰਨ ਨੂੰ ਨਾਲ ਜੋੜਨਾ ਚਾਹੁੰਦਾ। ਉਹਦੇ ਵਿੱਚ ਬਾਬਾ ਕਬੀਰ ਜੀ ਨੇ ਇੱਕ ਗੱਲ ਆਖੀ ਸੀ ਕਿ ਭਰਿਆ ਆਰਾਮ ਪਦਾਰਥ ਪਾਇ ਕੇ ਕਬੀਰਾ ਗਾਂਠ ਨਾ ਖੋਲ। ਤੂੰ ਆਰਾਮ ਪਦਾਰਥ ਸੱਚ ਲੈ ਕੇ ਆ ਗਿਆ ਤੇ ਬਦਕਿਸਮਤੀ ਆ ਗਿਆ ਉਸ ਕੂੜ ਦੀ ਮੰਡੀ ਵਿੱਚ ਜਿੱਥੇ ਹਰ ਪਾਸੇ ਕੂੜ ਵਰਤਦਾ ਹੈ, ਹਰ ਪਾਸੇ ਕੂੜ ਵਰਤਦਾ ਹੈ। ਲੋਕ ਕੇਵਲ ਕੂੜ ਦੀ ਆਵਾਜ਼ ਹੀ ਸੁਣਦੇ ਸਮਝਦੇ
ਤੇ ਪਿਆਰ ਦੇ ਸੱਚ ਦੀ ਵੈਲਿਊ ਇਸ ਮੰਡੀ ਵਿੱਚ ਬਿਲਕੁਲ ਕੋਈ ਨਹੀਂ। ਸੱਚ ਦੀ ਪੰਡ ਬੰਨ ਕੇ ਆ ਗਏ ਹੈ ਹੁਣ ਦੀ ਮੰਡੀ ਵਿੱਚ। ਇੱਥੇ ਤਾਂ ਸੱਚ ਮਸਨਤ ਤੇ ਬੈਠਾ, ਸਿੰਘਾਸਨ ਤੇ ਬੈਠਾ, ਲੋਕ ਮੱਥੇ ਟੇਕਦੇ ਨੇ, ਸਮਝਦੇ ਨਹੀਂ, ਬਿਲਕੁਲ ਨਹੀਂ ਸਮਝਦੇ, ਪਛਾਣਦੇ ਨਹੀਂ। ਕੂੜ ਦੀ ਮੰਡੀ ਹੈ ਪਰ ਇੱਕ ਹਦਾਇਤ ਕੀਤੀ ਨੇ ਜਿਹੜੀ ਗੱਲ ਤੇ ਮੈਂ ਅੱਜ ਰੁਕਣਾ ਚਾਹਣਾ। ਬਾਬਾ ਕਬੀਰ ਕਹਿੰਦੇ ਨੇ ਆਰਾਮ ਪਦਾਰਥ ਪਾਏ ਕਹਿ ਕਬੀਰਾ ਗਾਂਠ ਨਾ ਖੋਲੇ। ਸਕੂਟ ਦੀ ਮੰਡੀ ਵਿੱਚ ਗੰਢ ਖੋਲਣ ਦਾ ਫਾਇਦਾ ਹੀ ਕੋਈ ਨਹੀਂ। ਇੱਥੇ ਤੇਰੇ ਜੇ ਪੰਜ ਸੱਚ ਦੀ ਖੋਲੇਗਾ ਕਿੰਨੇ ਵੈਲਿਊ ਪਾਉਣੀ ਹੈ, ਤੈਨੂੰ ਛੇਕ ਦੇਣਗੇ। ਇੱਥੇ ਸੱਚ ਦੀ ਕੋਈ ਵੈਲਿਊ ਨਹੀਂ, ਇੱਥੇ ਨਾ ਖੋਲ ਸੱਚ ਤਾਂ ਬਹੁਤ। ਸੋ ਮੈਂ ਵੇਖਣਾ ਵੀਰ ਇਸੇ ਲਈ ਸੱਚ ਦੀ ਪੰਡ ਖੋਲਦੇ ਨੇ, ਜਾਣਦੇ ਨੇ ਪਰ ਸੱਚ ਨਹੀਂ ਬੋਲਦੇ। ਉਹਨਾਂ ਨੂੰ ਪਤਾ ਸੱਚ ਦੀ ਵੈਲਿਊ ਕੋਈ ਨਹੀਂ। ਬਾਬਾ ਕਬੀਰ ਨੇ ਬੜੀ ਸੋਹਣੀ ਗੱਲ ਆਖੀ, ਇੱਥੇ ਵੀ ਲਫ਼ਜ਼ ਰੁਕਣਾ ਚਾਹਣਾ। ਗੁਰੂ ਨੇ ਕਿਉਂ ਆਖ ਦਿੱਤਾ ਜਹਾਂਸ ਸਭਾ ਵਿਚਾਰ ਕਰ ਦੇਖੇ, ਇਹਦਾ ਮਤਲਬ ਇੱਕ ਪਹਿਲੀ ਤੋਂ ਖੁਸ਼ਕਿਸਮਤੀ ਤੇ ਹੰਸਾਂ ਨੇ ਸਭਾ ਤਾਂ ਬਣਾ ਦੇਣਾ। ਅੱਜ ਕੋਈ ਮਨ ਦੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ। ਕਮ ਸੇ ਕਮ ਹੰਸਾਂ ਨੇ ਸਭਾ ਤਾਂ ਬਣਾ ਲਈ, ਉੱਥੇ ਬੈਠ ਕੇ ਵਿਚਾਰ ਤੇ ਕਰਨ ਲੱਗੇ। ਇਸ ਯੁੱਗ ਤੇ ਇਸ ਮੰਡੀ ਵਿੱਚ ਤਾਂ ਹੰਸਾਂ ਦੀ ਸਭਾ ਹੀ ਨਹੀਂ ਬਣ ਸਕਦੀ। ਹੰਸਾਂ ਦੀ ਸਭਾ ਹੀ ਨਹੀਂ ਬਣ ਸਕਦੀ ਜਿਵੇਂ ਸਤਿਗੁਰੂ ਨੇ ਬਾਣੀ ਵਿੱਚ ਆਖਿਆ ਹੈ ਨਾ, ਕਿ ਜਿਹੜੇ ਹਰਨਾਕਿਸ਼ ਦੀ ਸਭਾ ਵਾਲੇ ਨੇ ਉਹਨਾਂ ਦੀ ਤਾਂ ਸਭਾ ਲੱਗਦੀ। ਲਾ ਪਾਪ ਦੋ ਰਾਜਾ ਮਹਿਤਾ ਕੂੜ ਹੋਆ ਸਿੱਖਦਾਰ, ਕੰਮ ਨਿਮ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ। ਉੱਥੇ ਉਹ ਬਹਿ ਬਹਿ ਕੇ ਵਿਚਾਰ ਕਰਦੇ ਨੇ, ਇਹਦਾ ਮਤਲਬ ਵਿਚਾਰ ਉਹਨਾਂ ਨੂੰ ਵੀ ਕਰਨੀ ਪੈਂਦੀ ਹੈ। ਹਰ ਗੱਲ ਨੂੰ ਸਮਝਦਾ ਇੱਥੇ ਕੀ ਹੈ ਜਹਾਂਸ ਸਭਾ ਵਿਚਾਰ ਕਰ ਦੇਖੇ, ਪਹਿਲਾਂ ਸਭਾ ਹੋਵੇ ਫਿਰ ਵਿਚਾਰ ਕਰੋ। ਵਿਚਾਰ ਤਾਂ ਹਮੇਸ਼ਾ ਸਭਾ ਵਿੱਚ ਬੈਠ ਕੇ ਹੁੰਦੇ ਨੇ। ਗੁਰਬਾਣੀ ਨੇ ਝੂਠ ਨਹੀਂ ਆਖਿਆ। ਹੁਣ ਸਾਡਾ ਦੁਖਾਂਤ ਕੀ, ਅਸੀਂ ਵਿਚਾਰ ਛੱਡ ਗਏ, ਵਿਚਾਰ ਵਿੱਚੋਂ ਗਿਆਨ ਨੇ ਜਨਮ ਲੈਣਾ ਸੀ ਤੇ ਗਿਆਨ ਵਿੱਚੋਂ ਧਰਮ ਨੇ ਜਨਮ ਲੈਣਾ ਸੀ, ਜਾਂ ਗਿਆਨ ਤੇ ਧਰਮ ਹੈ। ਜੇ ਵਿਚਾਰ ਹੀ ਨਾ ਰਹੇ ਤੇ ਗਿਆਨ ਕਿੱਥੋਂ ਆਵੇਗਾ, ਜੇ ਗਿਆਨ ਨਾ ਰਿਹਾ ਤਾਂ ਧਰਮ ਕਿੱਥੋਂ ਆਏਗਾ। ਅਸੀਂ ਤੇ ਵਿਚਾਰ ਹੀ ਛੱਡ ਗਏ। ਕਿੰਨੀ ਅਜੀਬ ਗੱਲ ਹੈ, ਵਿਚਾਰ ਤੋਂ ਸਾਨੂੰ ਦੂਰ ਕਰਨ ਲਈ, ਸਾਨੂੰ ਵਿਚਾਰ ਤੋਂ ਕੋਰਾ ਕਰਨ ਲਈ ਇੱਕ ਗੱਲ ਦਾ ਬਾਰ ਬਾਰ ਹੋਕਾ ਦਿੱਤਾ ਜਾਂਦਾ ਕਿ ਜੋ ਕੁਝ ਉੱਥੇ ਲਿਖਿਆ ਇਹਨੂੰ ਪੜ੍ਹ ਲਓ, ਬਸ ਵਿਚਾਰ ਨਾ ਕਰਿਓ। ਤੇ ਨਾਲ ਦਲੀਲ ਕੀ ਹੈ, ਮੈਂ ਜਿਨ੍ਹਾਂ ਨੇ ਉਹ ਲਿਖਿਆ ਉਹ ਘੱਟ ਵਿਚਾਰਵਾਨ ਸਨ, ਇਹ ਵੀ ਆਖਦੇ ਨਾ। ਇਹ ਫੈਸਲਾ ਤਾਂ ਵਿਦਵਾਨਾਂ ਨੇ ਕੀਤਾ, ਅੱਜ ਤੋਂ ਭਾਵੇਂ 100 ਸਾਲ ਪਹਿਲਾਂ 20 ਜਾਂ 10 ਜਾਂ 15 ਵਿਦਵਾਨਾਂ ਨੇ ਕੀਤਾ, ਰਹਿਤ ਮਰਿਆਦਾ ਬਣਾ ਦੇ ਲੈ, ਉਹ ਘੱਟ ਵਿਦਵਾਨ ਸਨ। ਤੁਹਾਨੂੰ ਕੋਈ ਹੱਕ ਨਹੀਂ ਇਹਦੇ ਤੇ ਹੁਣ ਵਿਚਾਰ ਕਰਨ ਦਾ। ਕਦੇ ਗਹਿਰਾਈ ਨਾਲ ਸੋਚਿਓ ਇਹ ਗੱਲ, ਠੀਕ ਹੈ ਵਿਦਵਾਨ ਸਨ, ਮੈਂ ਇਹ ਨਹੀਂ ਕਹਿੰਦਾ ਕਿ ਨਹੀਂ ਸਨ, ਵਿਦਵਾਨ ਸਨ। ਪਿਤਾ ਵਿਚਾਰ ਕਰੇ ਤੇ ਵਿਦਵਾਨ ਹੋ ਜਾਏ, ਉਹਨੂੰ ਗਿਆਨ ਮਿਲ ਜਾਏ, ਤੇ ਪੁੱਤਰ ਨੂੰ ਆਖਿਓ ਤੂੰ ਹੁਣ ਬਿਲਕੁਲ ਵਿਚਾਰ ਨਹੀਂ ਕਰਨੀ।
ਤੈਨੂੰ ਕਿਤੇ ਗਿਆਨ ਨਾ ਹੋ ਜਾਏ, ਤੇਰੇ ਪਿਤਾ ਨੇ ਜੋ ਹੋ ਗਿਆ। ਧਰਮੀ ਉਹ ਹੋਵੇ ਤੂੰ ਧਰਮੀ ਨਾ ਬਣ ਜਾਏ, ਕਿਉਂਕਿ ਗਿਆਨ ਵਿੱਚੋਂ ਧਰਮ ਨੂੰ ਮਿਲਣਾ। ਪੁੱਤਰ ਨੂੰ ਵਿਚਾਰ ਹੀ ਨਾ ਕਰ ਦਿਓ, ਆਖੋ ਤੂੰ ਵਿਚਾਰ ਰਿਹਾ। ਇਹ ਬ੍ਰਹਮਨਿਜ਼ਮ ਸੀ। ਬ੍ਰਹਮਨਿਜ਼ਮ ਨੇ ਜਿੰਨੇ ਵੇਦ ਸ਼ਾਸਤਰ ਗਿਆਨ ਦੇ ਗ੍ਰੰਥ ਸਨ ਆਖਿਆ, ਉਹ ਕੇਵਲ ਬ੍ਰਹਮਣ ਹੀ ਪੜ੍ਹ ਸਕਦਾ, ਦੂਜਾ ਕੋਈ ਗਿਆਨਵਾਨ ਨਾ ਹੋ ਜਾਏ। ਸਾਡੇ ਸਾਹਮਣੇ ਵੀ ਇਹੋ ਮਸਲਾ ਆ ਗਿਆ। ਭਲਿਆ ਦਿਨ ਬਦਲਦਾ ਹੈ, ਦਿਨ ਦੇ ਸਾਧਨ ਬਦਲਦੇ ਨੇ, ਵਿਚਾਰ ਦੇ ਸਾਧਨ ਵੀ ਬਦਲਦੇ ਨੇ। ਮੈਂ ਇਸ ਗੱਲ ਤੋਂ ਸੰਕੋਚ ਨਹੀਂ ਕਰਦਾ ਸੱਚ ਕਹਿਣ ਤੋਂ ਕਿ 1980 ਤੋਂ ਪਹਿਲਾਂ ਹਿੰਦੁਸਤਾਨ ਪੰਜਾਬ ਦੀ ਧਰਤੀ 'ਤੇ ਵਿਚਾਰ ਦੇ ਸਟੱਡੀ ਦੇ ਇਹ ਸਾਧਨ ਨਹੀਂ ਸਨ ਜੋ ਅੱਜ ਨੇ। ਸਾਡੇ ਕੋਲ ਇੱਕ ਅੰਮ੍ਰਿਤ ਕੀਰਤਨ ਗੁਟਕਾ ਹੁੰਦਾ ਸੀ, ਕੀਰਤਨੀਆਂ ਕੋਲ ਬਸ, ਉਹਦੇ ਵਿੱਚ ਜਿਹਨੇ ਜੋ ਕੁਝ ਪਾ ਦਿੱਤਾ ਉਹਨੇ ਵੀ ਵਿਚਾਰਹੀਨ ਹੋ ਕੇ ਪਾ ਦਿੱਤਾ, ਉਹਨੂੰ ਵੀ ਵਿਚਾਰ ਕਰਨ ਦੀ ਲੋੜ ਨੇ ਆਖਿਆ। ਇੱਥੋਂ ਤੱਕ ਕਿ ਰਹਿਤਨਾਮਿਆਂ ਦੀਆਂ ਤੁਕਾਂ ਵੀ ਵਿੱਚ ਪਾ ਦਿੱਤੀਆਂ, ਲੋਕਾਂ ਨੇ ਵਿਚਾਰ ਕਰਨ ਦੀ ਲੋੜ ਹੀ ਨਾ ਸਮਝੀ। ਉਹਨਾਂ ਆਖਿਆ ਗੁਰਬਾਣੀ ਦਾ ਗੁਟਕਾ ਰਹਿਤਨਾਮੇ ਵੀ ਸ਼ਬਦ ਬਣ ਗਏ, ਰਹਿਤਨਾਮੇ ਵੀ ਸ਼ਬਦ ਬਣ ਗਏ, ਗੁਰਬਾਣੀ ਦੀ ਬਰਾਬਰ ਚਲੇ ਗਏ। ਹੁਣ ਵਿਚਾਰ ਦੇ ਕੋਈ ਸਾਧਨ ਨਹੀਂ ਸਨ, ਸਟੱਡੀ ਦੇ ਕੋਈ ਸਾਧਨ ਨਹੀਂ ਸਨ। ਸਾਡੇ ਸਮੇਤ ਇੱਕ ਵਾਰ ਅਸ ਕੀਤੀ ਸੀ ਨਾ, ਪੜ੍ਹਨ ਹੜ ਬੀਤੀ ਸਾਂਝ ਕੀਤੀ ਸੀ ਕਿ ਦਿੱਲੀ ਵਿੱਚ ਕੀਰਤਨ ਕਰਦੇ ਹਾਂ, ਇੱਕ ਤੁੱਕ ਪੜ੍ਹੀ। ਮੈਂ ਅੱਜ ਉਸ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ, ਤੁੱਕ ਪੜ੍ਹੀ ਪ੍ਰਮਾਣ ਵਿੱਚ, ਅਤੇ ਬਾਬਾ ਮਹਿਤਾਬ ਸਿੰਘ ਉੱਥੋਂ ਦੇ ਪ੍ਰੈਜੀਡੈਂਟ ਸਨ ਮਾਡਲ ਟਾਊਨ ਦਿੱਲੀ ਦੇ, ਉਹ ਮੈਨੂੰ ਹੱਥ ਕਰਕੇ, ਮੈਂ ਬੱਚਾ ਸਨ ਜਵਾਨ ਉਮਰ ਸੀ, ਅਤੇ ਹੱਥ ਕਰਕੇ ਕਹਿੰਦੇ ਭਾਈ ਸਾਹਿਬ ਗੁਰਬਾਣੀ ਤੋਂ ਬਾਹਰ ਨਾ ਜਾਓ। ਮੈਂ ਬੜਾ ਹੈਰਾਨ ਹੋਇਆ, ਆਪਣੇ ਆਪ ਵਿੱਚ ਠਠਮਰ ਗਿਆ। ਆਖਿਆ ਜੀ ਬਾਣੀ ਬਿਲਕੁਲ ਨਹੀਂ, ਇਹ ਬਾਣੀ ਨਹੀਂ। ਮੈਂ ਕਿਹਾ ਇਹ ਬਾਣੀ ਬਾਣੀ ਨਹੀਂ, ਤੂੰ ਛੱਡ ਦਿੱਤੀ ਪਰਮਾਨੰਦ ਕਰੇ, ਵਹਿਮ ਬਣ ਗਿਆ ਵੀ ਮੈਂ ਤੈਨੂੰ ਬਾਣੀ ਸਮਝਣਾ, ਕਿਉਂਕਿ ਵਿਚਾਰ ਦੇ ਸਟੱਡੀ ਦੇ ਸਾਧਨ ਕੋਈ ਨਹੀਂ ਸਰ। ਅਸੀਂ ਜੋ ਨਾਨਕ ਸਰੀਆਂ ਦੇ ਗੁਟਕੇ 'ਚ ਸੁਣਿਆ ਬਸ ਵਿਚਾਰਨ ਦੀ ਲੋੜ ਹੀ ਨਹੀਂ। ਉਹ ਤਾਂ ਗੱਲ ਆ ਗਈ, ਜੋ ਚੂਜ਼ ਪੜ੍ਹ ਲਿਆ ਸੁਣ ਲਿਆ ਉਹਨੂੰ ਵਿਚਾਰੋ ਬਿਲਕੁਲ ਨਾ, ਕਿਉਂਕਿ ਵਿਚਾਰ ਤੋਂ ਗਿਆਨ ਪੈਦਾ ਹੋ ਜਾਏਗਾ, ਗਿਆਨ ਤੋਂ ਧਰਮ ਪੈਦਾ ਹੋ ਜਾਏਗਾ, ਤੁਸੀਂ ਤਾਂ ਧਰਮੀ ਬਣ ਜਾਓਗੇ। ਲਓ ਵਿਚਾਰ ਹੀ ਨਾ ਕਰ ਦੇਣਾ ਕੌਮ ਨੂੰ, ਸਮਝੋ ਧਰਮ ਹੀ ਨਾ ਕਰ ਦੇਣਾ। ਹੋਇਆ ਕੀ, ਕੀਰਤਨ ਦੀ ਸਮਾਪਤੀ ਤਾਂ ਹੋ ਗਈ ਪਰ ਮਨ ਨੂੰ ਖੁਦਿਆ ਲੱਗ ਗਈ ਵੀ ਮੈਂ ਤਾਂ ਇਹਨੂੰ ਬਾਣੀ ਸਮਝਣਾ। ਕਹਿ ਦੂਜਾ ਕਾਹੇ ਸਿਮਰੀਏ ਜੰਮੇ ਤੇ ਮਰ ਜਾਏ, ਇੱਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ, ਨਾਨਕਾ ਲਫਜ਼ ਵੀ ਹੈ ਅਤੇ ਇਹ ਨਾਨਕ ਸਰੀਆਂ ਦੇ ਗੁਟਕੇ ਵਿੱਚ ਰਹਿ ਰਾਸ ਵਿੱਚ ਹੈ। ਅਸੀਂ ਉਹ ਪੜ੍ਹਦੇ ਸਾਂ, ਉਹ ਤੋਂ ਪੜ੍ਹ ਦਿੱਤੀ, ਉਹ ਕਵੇ ਗੁਰਬਾਣੀ ਨਹੀਂ। ਮੈਂ ਤਾਂ ਗੁਰਬਾਣੀ ਸਮਝ ਰਿਹਾ, ਕਿਵੇਂ ਕਹਿੰਦੇ ਨੇ ਗੁਰਬਾਣੀ ਨੇ, ਸਟੱਡੀ ਦੇ ਹੋਰ ਕੋਈ ਸਾਧਨ ਨਹੀਂ ਸਨ। ਖੈਰ ਪਤਾ ਲੱਗਾ ਹੌਲੀ ਹੌਲੀ ਕਿ ਗੁਰੂ ਰਤਨ ਪ੍ਰਕਾਸ਼, ਸ਼ਬਦ ਰਤਨ ਪ੍ਰਕਾਸ਼, ਭਾਈ ਕਾਲ ਸਿੰਘ ਨਾਭਾ ਦਾ ਲਿਖਿਆ ਹੋਇਆ, ਨਾ ਅਕਾਲੀ ਕੌਰ ਸਿੰਘ ਜੀ ਦਾ ਲਿਖਿਆ ਹੋਇਆ ਤੁਕ ਤਤਕਰਾ ਹੈ, ਉਹ ਬਾਜ਼ਾਰ ਵਿੱਚ ਮਿਲਦਾ, ਉਹ ਲੈ ਆਉਂਦਾ। ਇੱਕ ਨਹੀਂ, ਦੋ ਨਹੀਂ, ਤਿੰਨ ਵਾਰ ਉਸਨੂੰ ਵਾਰ ਵਾਰ ਪੜ੍ਹਿਆ, ਇਹ ਤੁੱਕ ਵਿੱਚ ਕੋਈ ਨਾ। ਗੁਰਬਾਣੀ ਦੀ ਤੁੱਕ ਹੋਵੇ ਤਾਂ ਵਿੱਚ ਹੋਵੇ, ਉਸ ਤੋਂ ਬਾਅਦ ਇਹ ਤੁੱਕ ਛੱਡੀ, ਪਤਾ ਲੱਗਾ ਵੀ ਬਿਲਕੁਲ ਗੁਰਬਾਣੀ ਵਰਗੀ ਬਣਾ ਕੇ ਤੁੱਕ ਵਿੱਚ ਰੱਖ ਦਿੱਤੀ ਗਈ। ਐਸਾ ਭਾਈ ਗੁਰਦਾਸ ਜੀ ਨੇ ਇੱਕ ਗੱਲ ਬੜੀ ਖੂਬਸੂਰਤ ਆ ਸਮਝ ਲਈ, ਕਹਿੰਦੇ ਨੇ ਸੱਚ ਸਮਾਇਣ ਦੁੱਧ ਵਿੱਚ। ਭਾਈ ਗੁਰਦਾਸ ਕਹਿਣ
ਅੱਗੇ ਸੱਚ ਸਮਾਇਣ ਦੁੱਧ ਵਿੱਚ ਹੁੰਦਾ ਕੀ ਹੈ, ਕੂੜ ਵਿਗਾੜੇ ਕਾਂਜੀ ਚੁੱਕੇ, ਭਰਿਆ ਹੋਵੇ ਮਟਕਾ ਦੁੱਧ ਦਾ, ਦੁੱਧ ਉਹਦੇ ਵਿੱਚ ਕਾਂਜੀ ਇੱਕ ਚੁੱਕੇ, ਇੱਕ ਬੂੰਦ, ਦੋ ਚਾਰ ਛੇ ਬੂੰਦਾਂ ਪਾ ਦਿਓ, ਇੱਕ ਚਮਚ ਪਾ ਦਿਓ, ਦੁੱਧ ਫਿਟ ਜਾਏਗਾ। ਭਾਈ ਗੁਰਦਾਸ ਨੇ ਸਿੱਧਾ ਨਾਥਾਂ ਵੱਲੋਂ ਗੁਰੂ ਨਾਨਕ ਨੂੰ ਜਿਹੜੇ ਉਹ ਗ੍ਰਸਤ ਨੂੰ ਕਾਂਜੀ ਸਮਝਦੇ ਸਨ ਅਤੇ ਧਰਮ ਦੇ ਖੇਤਰ ਵਿੱਚ ਕਾਂਜੀ ਨਹੀਂ ਹੋਣੀ ਚਾਹੀਦੀ, ਉਹਨਾਂ ਗ੍ਰਸਤ ਨੂੰ ਕਾਂਜੀ ਸਮਝ ਕੇ ਧਰਮ ਤੋਂ ਵੱਖ ਰੱਖਣ ਲਈ ਗੁਰੂ ਨਾਨਕ ਤੇ ਵੀ ਇਹੋ ਸਵਾਲ ਕੀਤਾ ਸੀ। ਭਾਈ ਸਾਹਿਬ ਕਹਿੰਦੇ ਨੇ, ਪੁੱਛੇ ਜੋਗੀ ਪੰਗਰ ਨਾਥ, ਤੋਂ ਦੁੱਧ ਵਿੱਚ ਕਿਉਂ ਕਾਂਜੀ ਪਾਈ? ਪੰਗਰ ਨਾਥ ਜੋਗੀ ਗੁਰੂ ਨਾਨਕ ਨੂੰ ਕਹਿੰਦਾ, ਤੂੰ ਧਰਮ ਖੇਤਰ ਵਿੱਚ ਲਿਆ ਕੇ ਗ੍ਰਸਤ ਨੂੰ ਪ੍ਰਵੇਸ਼ ਕਰ ਦਿੱਤਾ, ਤੂੰ ਦ੍ਰਿਸ਼ਟੀ ਵੀ ਹੋ ਗਈ। ਕਹਿੰਦਾ, ਪੁੱਛੇ ਜੋਗੀ ਪੰਗਰ ਨਾਥ, ਤੂੰ ਦੁੱਧ ਵਿੱਚ ਕਿਉਂ ਕਾਂਜੀ ਪਾਈ? ਤੇ ਅਗਲੇ ਪਾਸੇ ਇੱਕ ਲਾਈਨ ਵਰਤਦਾ, ਕਹਿੰਦਾ, ਫਿੱਟਿਆ ਚਾਟਾ ਦੁੱਧ ਦਾ, ਰਿੜਕਿਆ ਮੱਖਣ ਹੱਥ ਨਾ ਆਈ। ਜਦੋਂ ਕਾਂਜੀ ਪੈ ਜਾ, ਦੁੱਧ ਦਾ ਚਾਟਾ ਘੜਾ ਮਟਕਾ ਚਾਟੀ ਫਿੱਟ ਜਾਂਦੀ, ਉਹਨੂੰ ਫਿਰ ਜਿੰਨਾ ਮਰਜ਼ੀ ਰਿੜਕ ਲਓ, ਉਹਦੇ ਵਿੱਚੋਂ ਮੱਖਣ ਨਹੀਂ ਨਿਕਲਦਾ। ਇੱਥੇ ਭਾਈ ਸਾਹਿਬ ਸੱਚਕੂੜ ਦੇ ਸੰਬੰਧ ਵਿੱਚ ਵਰਤਦੇ ਨੇ ਤੇ ਕਹਿੰਦੇ ਨੇ, ਸੱਚ ਸਮਾਇਣ ਦੁੱਧ ਵਿੱਚ, ਕੂੜ ਵਿਗਾੜੇ ਕਾਂਜੀ ਚੁੱਕੇ, ਥੋੜੀ ਜਿਹੀ ਕਾਂਜੀ ਨਾਲ ਕੂੜ ਵਿਗਾੜ ਲੈਂਦਾ। ਕੂੜ ਦਾਰੂ ਨਾ, ਸੱਚ ਦਾਰੂ ਕੂੜ ਰੋਗ ਹੈ। ਭਾਈ ਸਾਹਿਬ, ਸੱਚ ਦਾਰੂ ਕੂੜ ਰੋਗ ਹੈ, ਪਰ ਵਿਨ ਗੁਰ ਵੈਦ ਵੇਦਨ ਮਨਮੁੱਖ ਹੈ। ਆਖੇ ਸੱਚ ਦਾਰੂ ਹੈ, ਦਵਾਈ ਹੈ, ਤੇ ਕੂੜ ਹੈ ਰੋਗ, ਪਰ ਇੱਕ ਖਿਆਲ ਕਰਿਓ, ਕੋਈ ਦਵਾਈ ਜਿਹੜੀ ਹੈ ਉਹਦੀ ਪਛਾਣ ਆਰੰਭ ਵਿੱਚ ਵੈਦ ਨੂੰ ਹੁੰਦੀ ਹੈ ਨਾ, ਤੇ ਰੋਗ ਦੀ ਪਛਾਣ ਵੀ ਵੈਦ ਨੂੰ ਹੀ ਹੁੰਦੀ, ਮਰੀਜ਼ ਨੂੰ ਤਾਂ ਹੈ ਨਹੀਂ। ਕਿਹੜੀ ਗੱਲ ਵਿੱਚ ਕਹਿ ਰਹੇ, ਆਪਾਂ ਡਾਕਟਰ ਕੋਲ ਕਿਉਂ ਜਾਂਦੇ ਹਾਂ? ਪੀੜਾ ਤਾਂ ਮੈਨੂੰ ਹੈ, ਜਾ ਰਹੇ ਡਾਕਟਰ ਕੋਲ, ਹੈ ਪੀੜਾ ਤਾਂ ਮੈਨੂੰ ਹੈ, ਪ੍ਰੈਸਕ੍ਰਿਪਸ਼ਨ ਲਿਖਣ ਲਈ, ਦਵਾਈ ਲਿਖਣ ਲਈ ਕਹਿ ਰਹੇ ਡਾਕਟਰ ਨੂੰ, ਕਾਰਨ ਕਿਉਂਕਿ ਬੇਸ਼ੱਕ ਪੀੜਾ ਮੈਨੂੰ ਹੈ, ਪਰ ਮੇਰੇ ਰੋਗ ਨੂੰ ਤੇ ਮੇਰੇ ਉਸ ਰੋਗ ਦੀ ਦਵਾਈ ਨੂੰ ਪਛਾਣਨ ਦੀ ਸ਼ਕਤੀ ਵੈਦ ਕੋਲ ਹੈ। ਲਓ ਭਾਈ ਸਾਹਿਬ ਦਾਹਿਆ ਉਹਦੇ ਕੋਲ ਹੈ। ਇਸ ਲਈ ਗੁਰਬਾਣੀ ਅੰਦਰ ਵੀ ਆਖਿਆ ਕਿ ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਣ, ਰੋਗ ਤੇ ਦਾਰੂ ਦੋਹਾਂ ਨੂੰ ਵੈਦ ਜਾਣਦਾ ਹੈ। ਹੁਣ ਸੱਚ ਜਿਹੜਾ ਹੈ ਉਹ ਦਾਰੂ ਹੈ, ਕੂੜ ਜਿਹੜਾ ਹੈ ਉਹ ਰੋਗ ਹੈ, ਪਰ ਸਾਡਾ ਦੁਖਾਂ ਤੇ ਹੈ ਨਾ ਸਾਨੂੰ ਸੱਚ ਦਾ ਪਤਾ ਹੈ ਨਾ ਸਾਨੂੰ ਕੂੜ ਦਾ ਪਤਾ ਹੈ। ਅਸੀਂ ਤਾਂ ਸੱਚ ਦੇ ਭੁਲੇਖੇ ਕੂੜ ਖਾਈ ਜਾਂਦੇ ਹਾਂ। ਸਾਨੂੰ ਸੱਚ ਤੇ ਕੂੜ ਦੀ ਪਛਾਣ ਕਿਵੇਂ ਆਵੇ? ਜਿਵੇਂ ਵੈਦ ਕੋਲ ਜਾਣਾ ਪੈਂਦਾ ਦਾਰੂ ਦੀ, ਵੈਦ ਦੀ, ਪੀੜਾ ਦੀ ਪਛਾਣ ਕਰਨ ਲਈ, ਇਸੇ ਤਰ੍ਹਾਂ ਗੁਰੂ ਕੋਲ ਜਾਣੇਗਾ, ਜਾਣਾ ਪਏਗਾ। ਗੁਰੂ ਹੀ ਤੁਹਾਨੂੰ ਦੱਸੇਗਾ ਆ ਸੱਚ ਹੈ, ਆ ਕੂੜ ਹੈ। ਭਾਈ ਸਾਹਿਬ ਨੇ ਖਿਆਲ ਦਿੱਤਾ, ਕਹਿੰਦੇ ਨੇ, ਸੱਚ ਦਾਰੂ ਕੂੜ ਰੋਗ ਹੈ, ਵਿਨ ਗੁਰ ਵੈਦ, ਬਿਨਾਂ ਗੁਰੂ ਵੈਦ ਤੋਂ, ਵਿਨ ਗੁਰ ਵੈਦ ਵੇਦਨ ਮਨਮੁੱਖ ਹੈ। ਜਿਹੜੇ ਮਨਮੁੱਖ ਨੇ ਉਹਨਾਂ ਨੂੰ ਇਸੇ ਲਈ ਵੇਦਨ ਪੀੜਾ ਹੋ ਰਹੀ ਹੈ ਕਿਉਂਕਿ ਗੁਰੂ ਵੈਦ ਕੋਲ ਜਾਂਦੇ ਨਹੀਂ ਤੇ ਸੱਚ ਤੇ ਕੂੜ ਦਾ ਪਛਾਣ ਪਤਾ ਨਹੀਂ ਲੱਗਦਾ। ਹੁਣ ਅਗਲੀ ਲਾਈਨ ਇੱਕ ਅੱਧੀ ਹੈ ਸਮਾਪਤੀ ਦੀ, ਉਹਦੇ ਵਿੱਚ ਇੱਕ ਲਫ਼ਜ਼ ਵਰਤਿਆ ਨੇ, ਉਹ ਬੜਾ ਸਮਝਣ ਵਾਲਾ ਹੈ।
ਉਹ ਕਹਿੰਦੇ ਨੇ ਕੂੜ ਪਚਾ ਹੈ ਸੱਚਾ ਦੀ ਭੁੱਖ ਹੈ। ਆਹ ਇੱਕ ਲਫ਼ਜ਼ ਬੜਾ ਸਮਝਣ ਵਾਲਾ, ਕਿਉਂਕਿ ਗੁਰਬਾਣੀ ਨੂੰ ਜਿਉਂ ਵਿਚਾਰੀ ਦਾ ਤਿਉਂ ਹੋ ਸਕਦਾ। ਕੂੜ ਪਚਾ ਹੈ ਸੱਚਾ ਦੀ ਚੁੱਕ ਹੈ। ਅਖੇ ਕੂੜ ਵੀ ਲੋਕਾਂ ਨੂੰ ਪਚ ਰਿਹਾ, ਅੰਦਰ ਜਾ ਰਿਹਾ, ਪੀਤਾ ਜਾ ਰਿਹਾ, ਭੋਜਨ ਬਣ ਰਿਹਾ। ਕਿਉਂ? ਕਿਉਂਕਿ ਭੁੱਖ ਤਾਂ ਉਹਨਾਂ ਨੂੰ ਸੱਚ ਦੀ ਹੈ। ਇਹਦੀ ਗੱਲ ਵੀ ਉਹ ਕੂੜ ਚਾਹੁੰਦੇ। ਇੱਕ ਆਦਮੀ ਭੁੱਖਾ ਹੋਵੇ, ਉਹਨੂੰ ਭੁੱਖ ਲੱਗੀ ਹੋਵੇ, ਚੰਗਾ ਸਵਾਦਲਾ ਭੋਜਨ ਬਣਾਇਆ ਹੋਵੇ, ਤੇ ਜਿਹਨੇ ਜ਼ਹਿਰ ਮਿਲਾਉਣੀ ਉਹਨੇ ਵੀ ਤਾਂ ਭੋਜਨ ਵਿੱਚ ਹੀ ਮਿਲਾਉਣੀ, ਉਹਨੇ ਜ਼ਹਿਰ ਭੋਜਨ ਵਿੱਚ ਵੀ ਲਾਉਣੀ। ਹੁਣ ਜਿਹਨੂੰ ਭੁੱਖ ਲੱਗੀ ਉਹ ਇਹ ਆਖੇਗਾ ਕਿ ਪਹਿਲਾਂ ਮੈਂ ਇਹਨੂੰ ਚੈੱਕ ਕਰਾ ਲਵਾਂ ਵੀ ਇਹਦੇ ਵਿੱਚ ਕੁਝ ਹੋਰ ਤਾਂ ਨਹੀਂ। ਨਹੀਂ, ਉਹ ਤਾਂ ਭੁੱਖ ਲੱਗੀ, ਉਹ ਤਾਂ ਆਪ ਵੱਲੋਂ ਭੋਜਨ ਛੱਕ ਰਿਹਾ। ਹੁਣ ਭੁੱਖ ਤਾਂ ਹੈ ਨਿਤਨੇਮ ਦੀ, ਸਿੱਖ ਨੂੰ ਭੁੱਖ ਤਾਂ ਹੈ ਅੰਮ੍ਰਿਤ ਦੀ, ਸਿੱਖ ਨੂੰ ਇਸ ਵਿੱਚ ਕੋਈ ਗੁਨਾਹ ਨਹੀਂ, ਦੋਸ਼ ਨਹੀਂ। ਸਿੱਖ ਨੂੰ ਵੇਖੇ ਉਹਨੇ ਅੰਮ੍ਰਿਤ ਦੀ ਭੁੱਖ ਹੈ, ਸਿੱਖ ਨੂੰ ਨਿਤਨੇਮ ਦੀ ਭੁੱਖ ਹੈ। ਚੁੱਕ ਕੇ ਇਸ ਅੰਮ੍ਰਿਤ ਭੋਜਨ ਵਿੱਚ ਜ਼ਹਿਰ ਰਲਾ ਦਿੱਤੀ। ਲੈ ਇੰਨੇ ਮਿਕਦਾਰ ਵਿੱਚ ਤਿੰਨ, ਜੇ ਦੋ ਬਾਣੀਆਂ ਉਹ ਪੜੇ ਤਾਂ ਤਿੰਨ ਜ਼ਹਿਰੀਲੀਆਂ ਪੜ ਰਹੇ। ਇਹ ਮਲਾਈ ਗਈ ਹੈ। ਮੈਂ ਅਰਜ਼ ਕੀਤੀ ਸੀ ਵੀ ਮੈਂ ਅੱਜ ਮਾੜੀਆਂ ਕੁਝ ਗੱਲਾਂ ਕਰਨਾ ਚਾਹੁੰਦਾ। ਇਹ ਮਲਾਈ ਗਈ ਹੈ। ਉਹਨਾਂ ਵੇਖਿਆ ਭੁੱਖ ਤੇ ਇਹਨੂੰ ਹੈ ਸੱਚ ਦੀ ਹੈ। ਮੇਰਾ ਕਿਹਾ ਹੋਇਆ ਨਹੀਂ, ਭਾਈ ਗੁਰਦਾਸ ਜੀ ਕਹਿੰਦੇ ਕੂੜ ਪਚਿਆ, ਕੂੜ ਵੀ ਪਚ ਰਿਹਾ। ਅੱਜ ਸਾਨੂੰ ਨਿਤਨੇਮ ਵਿੱਚ ਹੀ ਅਜੀਬ ਗੱਲ ਹੈ, ਮੈਂ ਹੈਰਾਨਾ ਮਿਲਕੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛੋ ਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਪੜ੍ਹ ਰਿਹਾ, ਰਾਖਾ ਏਕ ਹਮਾਰਾ ਸਵਾਮੀ ਪੜ੍ਹ ਰਿਹਾ ਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹ ਰਿਹਾ, ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਂਕਾ ਅੰਤਰ ਜਾਣੇ, ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਤਹਾਂ ਪ੍ਰਭ ਤੂੰ ਵਰਤਨਤਾ। ਤੇ ਕੋਲ ਬੈਠਾ ਦੂਜਾ ਆਖ ਰਿਹਾ ਨਹੀਂ ਰਾਖਾ ਏਕ ਨਹੀਂ, ਰਾਖ ਕੌਣ ਹੈ ਹਮਰੀ ਕਰੋ ਆਪਦੇ ਰੱਛਾ, ਉਹ ਕੌਣ ਹੈ ਮਾਂ ਕਾ ਰਖਵਾਰ ਹਮਾਰੋ। ਇੱਕ ਪਾਸੇ ਕਹਿੰਦਾ ਹੈ ਹਮਰੀ ਕਰੋ ਹਾਥ ਦੇ ਰੱਛਾ ਮਾਂ ਕਾਲ ਰਖਵਾਰ ਹਮਾਰੋ, ਇੱਕ ਪਾਸੇ ਸਿੱਖ ਆਖ ਰਿਹਾ ਹੈ ਕਿ ਰਾਖਾ ਏਕ ਹਮਾਰਾ ਸਵਾਮੀ। ਤੇ ਫਿਰ ਮੇਲ ਕਿਵੇਂ ਹੋ ਗਏ, ਕਿਵੇਂ ਮਿਕਸ ਕਰ ਦਿੱਤਾ? ਉਹਨੂੰ ਪਤਾ ਰਾਖੀ ਦੀ ਲੋੜ ਹੈ, ਮਨੁੱਖ ਰਾਖੀ ਚੱਲਦਾ, ਸਿਕਿਉਰਿਟੀ ਚੱਲਦਾ। ਹੁਣ ਉਹ ਗੱਲ ਜਿਹੜੀ ਰਾਖੀ ਵਾਲੀ ਸੀ ਉਹ ਚੰਗੀ ਲੱਗਦੀ ਹੈ, ਇਸ ਲਈ ਸਿੱਖ ਦਿਨ ਰਾਤ ਪੜ੍ਹੀ ਜਾਂਦਾ ਹਮਰੀ ਕਰੋ ਹਾਥ ਦੇ ਵਿੱਚ ਪੂਰਨ ਚਿੱਤ ਕੀ ਚਤਾ ਚਤ ਬਣਦਾ, ਕਿਉਂਕਿ ਰਾਖੀ ਲਫ਼ਜ਼ ਹੈ। ਕੂੜ ਪਚਿਆ ਸੱਚਾ ਦੀ ਭੁੱਖ ਹੈ, ਪਚ ਰਿਹਾ, ਇੰਨੀ ਗੱਲ ਨਹੀਂ ਪਚ ਰਿਹਾ। ਜੇ ਪਚਦਾ ਨਾ ਹੋਵੇ ਤੇ ਇੰਨੀ ਵਾਰ ਬੇਨਤੀਆਂ ਹੋ ਰਹੀ, ਇੰਨੀ ਵਾਰ ਪਰਖ ਦਾ ਸਮਾਂ ਸਾਹਮਣੇ ਆਇਆ, ਇੰਨੀ ਵਾਰ ਰਾਖੀ ਦਾ ਵੀ ਆ ਕੇ ਸਾਹਮਣੇ ਬੈਠ ਕੇ ਪਰਖ ਲਓ, ਲੋਕ ਪਰਖਦੇ ਵੀ ਨਹੀਂ ਵਿਚਾਰ, ਕਿਉਂਕਿ ਵਿਚਾਰ ਦਾ ਖੇਤਰ ਨਹੀਂ, ਵਿਚਾਰ ਨਹੀਂ ਕਰਨਾ ਚਾਹੁੰਦੇ, ਵਿਚਾਰ ਨਾਲ ਤਾਂ ਗਿਆਨ ਹੋ ਜਾਏਗਾ ਤੇ ਗਿਆਨ ਨਾਲ ਤੱਕ ਨਹੀਂ ਹੋ ਜਾਏਗਾ ਮੁਸ਼ਕਲ। ਅਜੀਬ ਘਟਨਾ ਇਹ ਹੈ ਕਿ ਅੱਜ ਤੱਕ ਕਦੇ ਕਿਸੇ ਪਿਤਾ ਨੇ ਇਹ ਨਹੀਂ ਆਖਿਆ ਮੇਰਾ ਪੁੱਤਰ ਵਿਚਾਰਵਾਨ ਨਾ ਹੋਵੇ। ਉਹ ਕਹਿੰਦੇ ਨਹੀਂ ਚੰਗੇ ਤੋਂ ਚੰਗੇ ਸਕੂਲ ਵਿੱਚ ਪੜ੍ਹੇ, ਚੰਗੇ ਤੋਂ ਚੰਗੇ ਕਾਲਜ ਵਿੱਚ ਪੜ੍ਹੇ, ਵਿਚਾਰਵਾਨ ਹੋਵੇ। ਪਰ ਕਿਹੜੀ ਅਜੀਬ ਗੱਲ ਹੈ, ਇੱਕ ਸਿੱਖੀ ਹੈ ਜਿਹਦਾ ਹਰ ਪਿਤਾ ਆਪਣੇ ਪੁੱਤਰ ਨੂੰ ਆਖਦਾ ਬਿਲਕੁਲ ਨਾ ਵਿਚਾਰੀ ਚੋਪੀ ਪੜ੍ਹੀ ਜਾਏ, ਬਿਲਕੁਲ ਵਿਚਾਰਨ ਦੀ ਲੋੜ ਨਹੀਂ, ਪੜ੍ਹੀ ਗਈ ਮਾਂ ਕਾਲ ਰਖਵਾ ਮਾਰੋ। ਕਿਹੜੀ ਅਜੀਬ ਗੱਲ ਹੈ, ਇੱਕ ਪਾਸੇ ਇਹ ਆਖਿਆ ਜਾ ਰਿਹਾ ਹੋਵੇ ਕਿ ਪ੍ਰਭ ਕਿਰਪਾ ਤੇ ਹਰ ਹਰ ਧਿਆਨ, ਪ੍ਰਭੂ ਦੀ ਕਿਰਪਾ ਨਾਲ, ਮੇਰੇ ਤੇ ਕਿਰਪਾ ਪ੍ਰਭੂ ਦੀ, ਪ੍ਰਭੂ ਕਿਰਪਾ ਤੇ ਹਰ ਹਰ ਧਿਆਨ, ਪ੍ਰਭੂ ਦਇਆ ਤੇ ਮੰਗਲ ਗਾਵੋ। ਤੇ ਦੂਜਾ ਕੋਲ ਆਖੇ ਨਹੀਂ ਕਿਰਪਾ ਕਰੀ ਹਮ ਪਰ ਜਗ ਮਾਤਾ, ਮੇਰੇ ਤੇ ਕਿਰਪਾ ਜਗ ਮਾਤਾ ਦੀ, ਮੈਨੂੰ ਪ੍ਰਭੂ ਦੀ ਕਿਰਪਾ ਦੀ ਲੋੜ ਨਹੀਂ। ਸੋਚੋ ਉਹ ਵੀ ਪੜਿਆ ਜਾ ਰਿਹਾ, ਕਿਰਪਾ ਕਰੀ ਹਮ ਪਰ ਜਗ ਮਾਤਾ, ਤੇ ਪੜ੍ਹਨ ਵਾਲੇ ਨੂੰ ਵਿਚਾਰਨ ਲਈ ਰੋਕ ਦਿੱਤਾ ਗਿਆ, ਤੂੰ ਵਿਚਾਰ ਨਾ ਬਿਲਕੁਲ ਨਹੀਂ। ਕਿਹੜੀ ਅਜੀਬ ਗੱਲ ਹੈ, ਜੇ ਵਿਚਾਰਨ ਦੀ ਲੋੜ ਨਹੀਂ ਸੀ ਤਾਂ ਇਹਦਾ ਮਤਲਬ ਗੁਰੂ ਤਾਂ ਗਿਆਨ ਰੂਪ ਸੀ, ਸਿੱਖ ਨੂੰ ਵਿਚਾਰ ਨਾਲ ਕਿਉਂ ਜੋੜਿਆ?
ਤੇ ਜੇ ਭਲਾ ਸਿੱਖ ਵਿਚਾਰਵਾਨ ਨਹੀਂ ਹੋਵੇਗਾ ਤੇ ਗਿਆਨਵਾਨ ਕਿਵੇਂ ਹੋਏਗਾ, ਤੇ ਜੇ ਗਿਆਨਵਾਨ ਨਹੀਂ ਹੋਏਗਾ ਧਰਮ ਧਰਮੀ ਕਿਵੇਂ ਹੋਏਗਾ? ਇਹਨਾਂ ਵਿੱਚੋਂ ਸਿੱਖੀ ਵਿੱਚੋਂ ਧਰਮ ਉੱਡ ਜਾਏਗਾ। ਸਿੱਖ ਗਿਆਨਵਾਨ ਨਾ ਹੋ ਸਕੇ, ਤੇ ਜੇ ਸਿੱਖ ਨੇ ਗਿਆਨਵਾਨ ਹੋਣਾ ਇਹਨੂੰ ਵਿਚਾਰਵਾਨ ਹੋਣਾ ਪਏਗਾ। ਤੇ ਹਰ ਸਿੱਖ ਨੇ ਆਪਣੀ ਥਾਵੇਂ ਵਿਚਾਰਵਾਨ ਹੋਣਾ ਪਏਗਾ। ਸਮੇਂ ਸਮੇਂ ਨਾਲ ਵਿਚਾਰ ਦੇ ਸਾਧਨ ਬਦਲਦੇ। ਮੈਂ ਅਰਜ਼ ਕੀਤੀ ਸੀ 1980 ਤੋਂ ਪਹਿਲਾਂ ਪੰਜਾਬ ਵਿੱਚ ਹਿੰਦੁਸਤਾਨ ਵਿੱਚ ਅੱਜ ਵਾਲੇ ਸਟੱਡੀ ਦੇ ਵਿਚਾਰ ਦੇ ਇਹ ਸਾਧਨ ਨਹੀਂ ਸਨ। ਜਦੋਂ ਦਾ ਇੰਟਰਨੈਟ ਅਤੇ ਕੰਪਿਊਟਰ ਆਏ ਅੱਜ ਹਰ ਮਨੁੱਖ ਸਾਡੇ ਹੁਣ ਇਹ ਵਿਚਾਰ ਤੋਂ ਕਿਉਂ ਡਰਦੇ ਨੇ? ਕਿਉਂਕਿ ਲੋਕਾਂ ਕੋਲ ਸਾਧਨ ਹੋ ਗਏ ਨੇ, ਉਹ ਇਹਨਾਂ ਦੇ ਸਾਹਮਣੇ ਰੱਖ ਦਿੰਦੇ ਨੇ, ਆਓ ਪੜ੍ਹੋ। ਸਾਡਾ ਦੁਖਾਂਤ ਇਹ ਹੈ ਕਿ ਅਸੀਂ ਵਿਚਾਰ ਦੇ ਖੇਤਰ ਵਿੱਚ ਨਹੀਂ ਜਾਣਾ ਚਾਹੁੰਦੇ। ਤੇ ਉਸ ਭੁੱਖੇ ਵਾਂਗੂ ਇਹ ਨਹੀਂ ਵੀ ਸੱਚ ਦੀ ਭੁੱਖ ਨਹੀਂ ਸਾਨੂੰ, ਭਾਈ ਗੁਰਦਾਸ ਨੇ ਐਵੇਂ ਨਹੀਂ ਆਖਿਆ। ਕਹਿੰਦੇ ਨੇ ਸਿੱਖ ਨੂੰ ਸੱਚ ਦੀ ਭੁੱਖ ਹੈ, ਸਿੱਖ ਕੂੜ ਬਿਲਕੁਲ ਨਹੀਂ ਚਾਹੁੰਦਾ, ਕੋਈ ਵੀ ਨਹੀਂ ਚਾਹੁੰਦਾ। ਕਿ ਪਿਤਾ ਚਾਹੁੰਦਾ ਹੈ ਮੇਰੇ ਸਾਹਮਣੇ ਪੁੱਤਰ ਝੂਠ ਬੋਲੇ? ਭਾਵੇਂ ਆਪ ਜ਼ਿੰਦਗੀ ਝੂਠ ਬੋਲਦਾ ਨਹੀਂ ਹੋਵੇ, ਪੁੱਤਰ ਨੂੰ ਆਖਦਾ ਮੇਰੇ ਸਾਹਮਣੇ ਸੱਚ ਬੋਲੀ, ਕੂੜ ਨਹੀਂ ਚਾਹੁੰਦਾ। ਪਰ ਸੰਸਾਰ ਅੰਦਰ ਜਦੋਂ ਕੂੜ ਕੋਈ ਵੀ ਨਹੀਂ ਚਾਹੁੰਦਾ, ਹਰ ਪਿਤਾ ਆਪਣੇ ਪੁੱਤਰ ਨੂੰ ਸੱਚ ਬੋਲਣ ਲਈ ਆਖਦਾ, ਤੇ ਫਿਰ ਅਗਲੀ ਜਨਰੇਸ਼ਨ ਤੱਕ ਤਾਂ ਕੂੜ ਦੀ ਥਾਂ ਹੀ ਨਹੀਂ ਹੋਣੀ ਚਾਹੀਦੀ। ਪਰ ਦੱਸੋ ਇੰਨੀਆਂ ਸਦੀਆਂ ਬੀਤ ਗਈਆਂ ਨੇ, ਸੰਸਾਰ ਅੰਦਰ ਸੱਚ ਦਾ ਪਹਿਰਾ ਅਤੇ ਸੱਚ ਦਾ ਬੋਲਬਾਲਾ ਅਤੇ ਸੱਚ ਦੀ ਸਿੱਖਿਆ ਦੇਣ ਵਾਲੇ ਪਿਤਾ ਨੇ ਕਦੇ ਸੰਸਾਰ ਦੀ ਜਨਰੇਸ਼ਨ ਵਿੱਚੋਂ ਕੂੜ ਖਤਮ ਹੋਇਆ? ਇਸ ਲਈ ਨਹੀਂ ਹੋ ਰਿਹਾ ਕਿਉਂਕਿ ਸੱਚ ਅਤੇ ਕੂੜ ਦੀ ਪਛਾਣ ਕੋਈ ਨਹੀਂ। ਅਤੇ ਪਛਾਣ ਕਿਉਂ ਨਹੀਂ? ਕਿਉਂਕਿ ਵਿਚਾਰ ਕੋਈ ਨਹੀਂ। ਮਨੁੱਖ ਸੱਚ ਚਾਹੁੰਦਾ ਹੈ ਤੇ ਸੱਚ ਦੇ ਭੁਲੇਖੇ ਝੂਠ ਨੂੰ ਗ੍ਰਹਿਣ ਕਰ ਰਿਹਾ। ਅੱਜ ਹੁਣ ਜਿਹੜਾ ਅਮਰੀਕਰੋ ਹੱਥ ਦੇ ਰੱਛਾ ਪੜ੍ਹ ਰਿਹਾ ਨਾ, ਅੱਜ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਦੇ ਨਾਲ ਤਿੰਨ ਬਾਣੀਆਂ ਦੂਜੀਆਂ ਰਲਾ ਕੇ ਪੜ੍ਹ ਰਿਹਾ ਨਾ, ਇਹ ਨਹੀਂ ਵੀ ਉਹ ਬਾਣੀ ਨਹੀਂ ਸਮਝਦਾ, ਉਹਨੂੰ ਗੁਰਬਾਣੀ ਸਮਝ ਰਿਹਾ, ਕੂੜ ਨੂੰ ਸੱਚ ਸਮਝ ਕੇ ਪਹੁੰਚਾ ਰਿਹਾ। ਆਹ ਫਰਕ ਤਾਂ ਹੈ। ਇਹ ਨਹੀਂ ਕਿ ਉਹ ਸੱਚ ਨਹੀਂ ਚਾਹੁੰਦਾ, ਜੇ ਉਹ ਵੀ ਪੜ੍ਹ ਰਿਹਾ ਤਾਂ ਇਹ ਸੋਚ ਕੇ ਪੜ੍ਹ ਰਿਹਾ, ਉਹਦੇ ਦਿਮਾਗ ਵਿੱਚ ਇਹ ਬਿਠਾਈ ਗਈ ਹੈ ਕਿ ਇਹ ਗੁਰਬਾਣੀ ਹੈ, ਤੇ ਇਹ ਆਖਿਆ ਗਿਆ ਵਿਚਾਰਨ ਦੀ ਲੋੜ ਨਹੀਂ। ਕਿਉਂ ਨਹੀਂ? ਕਿਉਂਕਿ 100 ਸਾਲ ਪਹਿਲਾਂ ਵੀ ਕਿਸੇ ਨੇ ਵਿਚਾਰ ਲਈ, ਹੁਣ ਤੂੰ ਕਿਉਂ ਵਿਚਾਰਵਾਨ ਹੋਵੇ? ਕਿੱਡੀ ਅਜੀਬ ਗੱਲ ਹੈ। ਮੈਂ ਕਲਾਸ ਕੀਤੀ ਸੀ, ਗੁਰੂ ਨਾਨਕ ਨੇ ਜਦੋਂ ਆਖਿਆ ਬ੍ਰਾਹਮਣ ਨੂੰ ਕਿ ਮੈਂ ਤੇਰਾ ਜਨੇਊ ਨਹੀਂ ਪਾਉਂਦਾ, ਉਹਨੇ ਤਾਂ ਨਹੀਂ ਆਖਿਆ ਤੇਰੇ ਪਿਤਾ ਨੇ ਵੀ ਪਾਇਆ ਹੋਇਆ ਤੂੰ ਕਿਉਂ ਨਹੀਂ ਪਾਉਂਦਾ, ਉਹਨੇ ਤਾਂ ਨਹੀਂ ਆਖਿਆ, ਆਪਣੀ ਜ਼ਬਾਨ ਨੂੰ ਇਹ ਬਹਿਸ ਨਹੀਂ ਕੀਤੀ ਕਿ ਹੇ ਨਾਨਕ ਵੇਖ ਜਿਨ੍ਹਾਂ ਜਨੇਊ ਦੀ ਮਰਿਆਦਾ ਬਣਾਈ ਉਹ ਘੱਟ ਵਿਦਵਾਨ ਸਨ, ਆਖਿਰ ਕਿਸੇ ਨੇ ਬਣਾਈ ਨਾ ਜਨੇਊ ਦੀ ਮਰਿਆਦਾ, ਕੋਈ ਗੁਰੂ ਨਾਨਕ ਦੇ ਸਮੇਂ ਥੋੜ੍ਹਾ ਬਣੀ। ਗੁਰੂ ਨਾਨਕ ਦੇ ਸਮੇਂ ਜਦੋਂ ਗੁਰੂ ਨਾਨਕ ਨੂੰ ਬ੍ਰਾਹਮਣ ਨੇ ਜਨੇਊ ਪਾਉਣਾ ਚਾਹਿਆ, ਗੁਰੂ ਨਾਨਕ ਨੇ ਆਖਿਆ ਮੈਂ ਜਨੇਊ ਨਹੀਂ ਪਾਉਂਦਾ, ਨਾਲ ਆਖਿਆ ਵਿਚਾਰ ਕਰ ਮੇਰੇ ਨਾਲ ਵੀ ਤੇਰਾ ਜਨੇਊ ਕੀ ਹੈ। ਦੇਖ ਪਾ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਹੈ ਤਾਂ ਪੜ੍ਹੇਗਾ ਤਾਂ ਮੈਨੂੰ ਕੋਈ ਅਰਜ਼ ਨਹੀਂ। ਵਿਚਾਰ ਨਾ ਇਹ ਟੁੱਟੇ ਨਾ ਮਰ ਲੱਗੇ ਨਾ ਇਹ ਜਲੇ ਨਾ ਜਾਏ, ਤੁਹਾਨੂੰ ਸੋ ਮਾਣਸ ਨਾਨਕਾ ਜੋ ਗੱਲ ਚੱਲੇ ਪਾਏ, ਚੌਕੜ ਮੁੱਲ ਅਣਾਇਆ ਬੈ ਚੌਂਕੇ ਪਾਇਆ, ਸਿੱਖਾਂ ਕੰਨ ਚੜਾਈਆਂ ਗੁਰਬਾਹਮਣ ਥੀਆ, ਉਹ ਮੋਆ ਉਹ ਚੜ ਪਿਆ ਵਿਤੰਗਾ ਗਿਆ। ਇਹ ਤੇਰਾ ਜਨੇਊ ਤਾਂ ਨਾਲ ਹੀ ਨਹੀਂ ਜਾਂਦਾ, ਇਹ ਤਾਂ ਇੱਥੇ ਹੀ ਸੜ ਜਾਂਦਾ। ਮੈਨੂੰ ਵਿਚਾਰ ਦੇ, ਮੈਨੂੰ ਸਮਝਾ ਦੇ, ਮਸਲਾ ਤਾਂ ਇਹ ਸੀ। ਤੇ ਜੇ ਉਸ ਵੇਲੇ ਬ੍ਰਾਹਮਣ ਕਹਿੰਦਾ ਬੇਟਾ ਤੈਨੂੰ ਵਿਚਾਰ ਦਾ ਕੋਈ ਹੱਕ ਨਹੀਂ, ਇਹ ਵੱਡਿਆਂ ਨੇ ਵਿਚਾਰ ਕੇ ਹੀ ਮਰਿਆਦਾ ਬਣਾਈ ਹੈ ਜੋ ਸਾਨੂੰ ਕਿਹਾ ਜਾਂਦਾ, ਅੱਜ ਸਾਨੂੰ ਇਹ ਕਿਹਾ ਜਾਂਦਾ ਜਿਨ੍ਹਾਂ ਨੇ ਇਹ ਤਿੰਨ ਬਾਣੀਆਂ ਵਿੱਚ ਸ਼ਾਮਿਲ ਕੀਤੀਆਂ ਨੇ, ਜਿਨ੍ਹਾਂ ਨੇ ਪੰਜਾਂ ਬਾਣੀਆਂ ਦਾ ਇਹਨਾਂ ਪੰਜਾਂ ਬਾਣੀਆਂ ਦੀ ਮਰਿਆਦਾ ਬਣਾਈ ਹੈ ਉਹ ਘੱਟ ਵਿਚਾਰਵਾਨ ਸਨ, ਤੈਨੂੰ ਕੋਈ ਹੱਕ ਨਹੀਂ ਇਹਦੇ 'ਤੇ ਵਿਚਾਰਨ ਦਾ, ਕਿੰਤੂ ਕਰਦੇ ਇਹ ਕਿਹਾ ਜਾਂਦਾ। ਅਤੇ ਜੇ ਪਰ ਇਹੋ ਗੱਲ ਬ੍ਰਾਹਮਣ ਗੁਰੂ ਨਾਨਕ ਨੂੰ ਆਖਦਾ ਕਿ ਜਿਹਨੇ ਜਨੇਊ ਦੀ ਮਰਿਆਦਾ ਬਣਾਈ ਉਹ ਘੱਟ ਵਿਦਵਾਨ ਸਨ, ਜਿਨ੍ਹਾਂ ਨੇ ਵੇਦ ਸ਼ਾਸਤਰ ਲਿਖੇ ਨੇ ਉਹ ਘੱਟ ਵਿਦਵਾਨ ਸਨ,
ਮੈਂ ਛੋਟਾ ਜਿਹਾ ਬੱਚਾ 5-7 ਸਾਲ ਦਾ, ਤੂੰ ਆਖਣਾ ਕਿ ਮੈਂ ਉਹ ਜਿਹੜੇ ਉਹ ਨਹੀਂ ਪੈਂਦਾ, ਮੈਨੂੰ ਸਮਝਾ ਦੇ ਇਹ ਗੱਲ। ਪਰ ਗੁਰੂ ਨਾਨਕ ਨੂੰ ਬ੍ਰਾਹਮਣ ਨੇ ਆਖੀ, ਜੇ ਆਖ ਦਿੰਦਾ ਤਾਂ ਗੁਰੂ ਨਾਨਕ ਬਣ ਜਾਂਦਾ। ਇੱਕ ਕੌੜੀ ਸੱਚਾਈ ਉਹ ਇਹ ਹੈ ਕਿ ਸਾਡੀ ਵਿਚਾਰ ਦਾ ਦਰਵਾਜ਼ਾ ਬੰਦ ਕੀਤਾ ਜਾ ਰਿਹਾ ਹੈ, ਬੰਦ ਕੀਤਾ ਜਾ ਰਿਹਾ ਹੈ, ਤਾਂ ਕਿ ਸਿੱਖ ਵਿੱਚੋਂ ਧਰਮ ਇਉਂ ਉੱਡੇਗਾ, ਸਿੱਖ ਧਰਮ ਇਉਂ ਖਤਮ ਹੋਏਗਾ, ਵਿਚਾਰਧਾਰਾ ਜੇ ਇਹਦੇ ਕੋਲ ਨਹੀਂ ਰਹੇਗੀ, ਕਿਉਂਕਿ ਗਿਆਨ ਨਾਲ ਧਰਮ ਪੈਦਾ ਹੋਣਾ ਹੈ। ਗਿਆਨ ਦੀ ਚਾਹਤ ਜਿਹੜੀ ਉਹ ਗੁਰੂ ਨਾਲ ਜੋੜੇਗੀ, ਕਿਉਂਕਿ ਆਪਾਂ ਰੋਜ਼ ਪੜ੍ਹ ਰਹੇ ਹਾਂ, ਘੁੰਮੇ ਬੱਧਾ ਚੱਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਜੇ ਇਹਨੂੰ ਗਿਆਨ ਦੀ ਲੋੜ ਨਾ ਹੋਵੇ ਤਾਂ ਇਹਨੂੰ ਗੁਰੂ ਦੀ ਕੀ ਲੋੜ ਹੈ? ਗਿਆਨ ਪਿੱਛੇ ਗੁਰੂ ਦੀ ਲੋੜ ਹੈ ਨਾ। ਜੇ ਤੈਨੂੰ ਗਿਆਨ ਦੀ ਲੋੜ ਨਹੀਂ, ਤੂੰ ਵਿਚਾਰ ਹੀ ਨਹੀਂ ਕਰਨਾ ਚਾਹੁੰਦਾ, ਬ੍ਰਾਹਮਣ ਵਾਂਗੂ ਜੋ ਤੇਰੇ ਗੱਲ ਪਾ ਦੇਵੇ ਤੂੰ ਪਾ ਲੈਣਾ ਚਾਹੁੰਦਾ, ਸਾਡੀ ਹਾਲਤ ਹੈ। ਜੇ ਤੂੰ ਵਿਚਾਰ ਹੀ ਨਹੀਂ ਕਰਨਾ ਚਾਹੁੰਦਾ, ਸਮਝ ਲੈ ਤੂੰ ਗੁਰੂ ਨਾਲ ਰਿਸ਼ਤਾ ਹੀ ਨਹੀਂ ਜੋੜਨਾ ਚਾਹੁੰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਾਰ ਰੂਪ ਹੈ, ਵਿਚਾਰ ਦਾ ਕੇਂਦਰ ਤੇਰੇ ਦਰਮਿਆਨ ਵਿੱਚ ਬਿਠਾ ਦਿੱਤਾ ਹੈ। ਆ ਸਿੱਖਾਂ, ਬੈਠ ਗੁਰੂ ਦੀ ਗੋਦੀ ਵਿੱਚ ਬੈਠ ਕੇ ਵਿਚਾਰ ਕਰ ਗੁਰੂ ਕੀ ਆਖਦਾ ਹੈ। ਤੇ ਗੁਰੂ ਵਿਚਾਰ ਕੇ ਬੜਾ ਸਪਸ਼ਟ ਦਿੰਦਾ ਫੈਸਲਾ, ਤੇ ਕਹਿੰਦਾ ਮੇਰੇ ਰੱਬ ਵੱਲੋਂ, ਮੇਰੇ ਮਾਲਕ ਵੱਲੋਂ ਇਹ ਫੈਸਲਾ ਕਰ ਦਿੱਤਾ ਗਿਆ ਹੈ, ਇਹ ਬਣਤ ਬਣਾ ਦਿੱਤੀ ਗਈ ਹੈ, ਇਹ ਮਰਿਆਦਾ ਬਣਾ ਦਿੱਤੀ ਗਈ ਹੈ। ਜਿਹੜੀ ਮਰਿਆਦਾ ਮੇਰੇ ਰੱਬ ਨੇ ਬਣਾਈ ਉਹ ਤਾਂ ਤੈਨੂੰ ਚੰਗੀ ਨਹੀਂ ਲੱਗਦੀ, ਜਿਹੜੀ ਮਨੁੱਖਾਂ ਨੇ ਬਣਾਈ ਉਹ ਤੈਨੂੰ ਚੰਗੀ ਲੱਗਦੀ। ਗੁਰੂ ਕਹਿੰਦੇ ਨੇ ਵੇਖ ਇਹ ਮਰਿਆਦਾ ਮੇਰੇ ਰੱਬ ਨੇ ਬਣਾਈ ਹੈ। ਉਹ ਮਰਿਆਦਾ ਕੀ ਹੈ? ਮਨਮੁਖ ਕੂੜ ਬੋਲ ਬੋਲ ਡੁੱਬੇ। ਗੁਰੂ ਕਹਿੰਦੇ ਨੇ ਮੇਰੇ ਰੱਬ ਵੱਲੋਂ ਇਹ ਫੈਸਲਾ ਹੈ, ਜਿਹੜੇ ਝੂਠ ਤੇ ਫਰੇਬ ਨੂੰ, ਜਿਹੜੇ ਆਪਣੇ ਸੱਚ ਦੀ ਥਾਵੇਂ ਵੀ ਕੂੜ ਨੂੰ ਵੀ ਅੰਦਰ ਪਚਾਈ ਜਾਣਗੇ, ਝੂਠ ਨੂੰ ਵੀ ਅੰਦਰ ਗ੍ਰਹਿਣ ਕਰੀ ਜਾਣਗੇ, ਜ਼ਰੂਰ ਡੁੱਬਣਗੇ। ਅਤੇ ਜਿਹੜੇ ਗੁਰਮੁਖ ਨੇ ਗੁਰੂ ਦੀ ਗੱਲ ਨੂੰ ਹਿਰਦੇ ਵਿੱਚ ਟਿਕਾਣਗੇ, ਉਹ ਬਚਣਗੇ। ਫੈਸਲਾ ਸਤਿਗੁਰੂ ਦਾ ਆਪਣੀ ਰਸਨਾ ਤੋਂ ਕਹਿੰਦੇ ਨੇ। ਨਾਨਕ ਕਰਤੇ ਬਣਤ ਬਣਾਈ, ਨਾਨਕ ਕਰਤੇ ਬਣਤ ਬਣਾਈ, ਮਨਮੁਖ ਕੂੜ ਬੋਲ ਬੋਲ ਵਿੱਚ ਹੀ ਬਾਬਾ ਕਬੀਰ ਜੀ ਨੇ ਫੈਸਲਾ ਦੇ ਦਿੱਤਾ ਸੀ
ਪਹਿਲਾ ਸਲੋਕ ਸੀ ਆਰਾਮ ਪਦਾਰਥ ਪਾਏ ਤੈ ਕਬੀਰਾ ਗਾਂਠ ਨਾ ਖੋਲ। ਇੱਥੇ ਤੇਰਾ ਕੋਈ ਸੰਬੰਧ ਨਹੀਂ, ਕਿਉਂਕਿ ਸੰਬੰਧ ਰਿਸ਼ਤਾ ਤਾਂ ਵਿਚਾਰਧਾਰਾ ਨਾਲ ਹੁੰਦਾ ਹੈ ਨਾ, ਕੋਈ ਸਰੀਰਾਂ ਦਾ ਮੇਲ ਤਾਂ ਹੈ ਨਹੀਂ। ਮੈਂ ਇੱਕ ਵਾਰ ਕੀਤੀ ਸੀ, ਜੇ ਕਬੀਰ ਰੱਬ ਬਣ ਗਿਆ, ਰਾਮ ਬਣ ਗਿਆ, ਰਾਮ ਕਬੀਰ ਆਏ ਇੱਕ ਭੈ ਹੈ, ਤਾਂ ਥੋੜ੍ਹਾ ਵੀ ਕਬੀਰ ਦੀ ਸ਼ਕਲ ਬਦਲ ਗਈ ਨੇ, ਸਰੀਰ ਬਦਲ ਗਿਆ ਨਹੀਂ, ਵਿਚਾਰਧਾਰਾ ਸੁਭਾਅ ਬਦਲਿਆ, ਕਿਉਂਕਿ ਮਿਲਾਪ ਵਿਚਾਰਧਾਰਾ ਦਾ ਹੁੰਦਾ ਹੈ। ਅਤੇ ਬਾਬਾ ਕਬੀਰ ਨੇ ਇੱਕ ਗੱਲ ਆਖੀ, ਕਹਿਣ ਲੱਗੇ ਰਾਮ ਪਦੀਰ ਪਦਾਰਥ ਪਾਏ ਕਹਿ ਕਬੀਰਾ ਗਾਂਠ ਨਾ ਖੋਲ, ਕਿਉਂਕਿ ਇੱਥੇ ਕੋਈ ਸਾਧਨ ਕੋਈ ਵਿਅਕਤੀ ਨਹੀਂ ਜਿਹਦੇ ਨਾਲ ਤੇਰੀ ਬਣ ਸਕੇ, ਨਹੀਂ ਪੱਟਣ, ਨਹੀਂ ਪਾਰਖੂ, ਨਹੀਂ ਗਾਹਕ, ਨਹੀਂ ਬੋਲ। ਅਤੇ ਫਿਰ ਕਹਿਣ ਲੱਗਾ ਜੀ ਮੈਂ ਕਿੰਨਾ ਨਾਲ ਸੰਬੰਧ ਜੋੜਾਂ, ਅਗਲਾ ਸਲੋਕ ਨਾਲ ਹੀ ਦੇ ਦਿੱਤਾ। ਕਹਿਣ ਲੱਗੇ ਜੇ ਮਿਲਾਪ ਪੈਦਾ ਕਰਨਾ ਕਬੀਰ ਤਾਸੋ ਪ੍ਰੀਤ ਕਰ, ਅਗਲੀ ਲਾਈਨ ਨਾਲ ਹੀ ਅਗਲਾ ਸਲੋਕ, ਕਿਉਂਕਿ ਤੇਰੇ ਕੋਲ ਰਾਮ ਪਦਾਰਥ ਹੈ, ਇਸ ਲਈ ਤੇਰੀ ਸਾਂਝ, ਤੇਰੀ ਸਤਸੰਗਤ, ਤੇਰੀ ਸਭਾ, ਜਹਾਂ ਸਭਾ ਵਿਚਾਰ ਕਰ ਦੇਖੇ ਕਿੰਨਾ ਨਾਲ ਹੈ। ਕਹਿਣ ਲੱਗੇ ਕਬੀਰ ਤਾਸੋ ਪ੍ਰੀਤ ਕਰ ਜਾਂ ਕੋ ਠਾਕਰ ਰਾਮ, ਤੇਰੇ ਕੋਲ ਵੀ ਰਾਮ ਪਦਾਰਥ ਹੈ ਜਿਹੜੇ ਰਾਮ ਨਾਲ ਜੁੜੇ ਹੋਣਗੇ, ਤੇਰੇ ਕੋਲ ਜਪਜੀ ਸਾਹਿਬ ਹੈ ਜਿਹੜੇ ਜਪਜੀ ਸਾਹਿਬ ਨਾਲ ਤੇ ਵਿਸ਼ਵਾਸ ਕਰਦੇ ਹੋਣਗੇ, ਉਹਨਾਂ ਨਾਲ ਹੀ ਤੇਰੀ ਸਾਂਝ ਹੋਏਗੀ, ਵਿਸ਼ਵਾਸ ਕਰ। ਜੇ ਤੂੰ ਆਖਣਾ ਹੈ ਰਾਖਾ ਇੱਕ ਹਮਾਰਾ ਸਵਾਮੀ, ਉਸ ਅਕਾਲ ਪੁਰਖ 'ਤੇ ਤੇਰਾ ਵਿਸ਼ਵਾਸ ਹੈ, ਤਾਂ ਉਹਨਾਂ ਨਾਲ ਹੀ ਤੇਰੀ ਸਾਂਝ ਹੋਏਗੀ ਜਿਹੜੇ ਸਮਝਣਗੇ ਰਾਖਾ ਇੱਕ ਹਮਾਰਾ ਸਵਾਮੀ, ਜਿਹੜੇ ਆਖਣਗੇ ਮਾਂ ਕਾਲ ਰਖਵਾਰਾ ਮਾਰੋ, ਉਹਨਾਂ ਨਾਲ ਸਾਂਝ ਨਹੀਂ ਬਣਾਓ। ਕਿੰਨੀ ਕੋਸ਼ਿਸ਼ ਕਰੇ ਇਸ ਝੂਠ 'ਤੇ ਪੜਦੇ ਪਾਉਣ ਦੀ ਕੋਸ਼ਿਸ਼ ਨਾ ਕਰ। ਕਹਿਣ ਲੱਗੇ ਕਬੀਰ ਤਾਸੋ ਪ੍ਰੀਤ ਕਰ ਜਾ ਕੋ ਠਾਕਰ ਰਾਮ, ਪੰਡਿਤ ਰਾਜੇ ਭੂਪਤੀ ਆਵੇ ਕੌਣ ਕਾਮ। ਜੇ ਉਸ ਰੱਬ ਨੂੰ ਉਸ ਅਕਾਲ ਪੁਰਖ ਨੂੰ ਛੱਡ ਕੇ, ਮੈਂ ਹੈਰਾਨ ਹੁੰਦਾ ਜਦੋਂ ਅਸੀਂ ਇੱਥੇ ਅਰਦਾਸ ਸ਼ੁਰੂ ਕੀਤੀ ਸੀ ਨਾ, ਪ੍ਰਥਮ ਅਕਾਲ ਪੁਰਖ ਸਮਰ ਕੇ ਕਈ ਲੋਕ ਬੜੇ ਪਰੇਸ਼ਾਨ ਸਨ, ਉਹ ਪਰੇ ਹੋ ਜਿਹਨਾਂ ਨੂੰ ਭਗਵਤੀ ਅਕਾਲ ਪੁਰਖ ਨਾਲ ਉਹ ਚੰਗੀ ਲੱਗਦੀ ਹੈ। ਹੈ ਅਜੀਬ ਗੱਲ ਹੈ, ਅਕਾਲ ਪੁਰਖ ਦੇ ਨਾਮ ਤੋਂ ਐਲਰਜੀ, ਜਿਹੜਾ ਅਕਾਲ ਪੁਰਖ ਨਹੀਂ ਮੰਨਦਾ, ਭਲਾ ਸੁਖੀ ਕਿਵੇਂ ਹੋ ਸਕਦਾ। ਕਿੰਨਾ ਸਪਸ਼ਟ ਗੁਰੂ ਨੇ ਆਖਿਆ, ਕਹਿਣ ਲੱਗੇ ਇਹੋ ਜਿਹੇ ਭੁੱਲੇ ਹੋਏ ਲੋਕ ਭਾਵੇਂ ਰਾਜੇ ਹੋਣ, ਭਾਵੇਂ ਬੜੀਆਂ ਸੰਪਤਾਂ ਦੇ ਮਾਲਕ ਅਮੀਰ ਹੋਣ, ਉਹਨਾਂ ਨੇ ਮੇਰਾ ਕੁਛ ਨਹੀਂ ਸਵਾਰਨਾ। ਬਾਬਾ ਕਬੀਰ ਜੀ ਦਾ ਖਿਆਲ ਹੈ, ਕਹਿੰਦੇ ਨੇ ਕਬੀਰ ਤਾਸੋ ਪ੍ਰੀਤ ਕਰ ਜਾ ਕੋ ਠਾਕਰ ਰਾਮ, ਪੰਡਿਤ ਰਾਜੇ ਭੂਪਤੀ ਆਵੇ ਕੌਣ ਕਾਮ। ਉਹ ਕਿਸ ਕੰਮ ਦੇ ਨੇ ਜਿਹੜੇ ਮੇਰੇ ਰੱਬ ਨੂੰ, ਜਿਹੜੇ ਮੇਰੇ ਅਕਾਲ ਪੁਰਖ ਨੂੰ ਵੀ ਨਹੀਂ ਮੰਨਦੇ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੇ ਕਹਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।